ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਠੀਕ ਠਾਕ ਹੋ ਸਾਰੇ ਜਾਣੇ? ਅਤੇ ਜਿਹੜੀ ਮੈਂ ਵੀਡੀਓ ਬਣਾ ਰਿਹਾ ਆਪਣਾ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਣਾ ਸੋਨੀ ਕਰੂ ਜਿਹੜਾ ਆਪਣਾ ਭਰਾ ਦਾਲਾ, ਬਹੁਤ ਹੀ ਸੌਂਦਾ ਜੀ ਸਾਰਿਆਂ ਨੂੰ, ਬਹੁਤ ਹੀ ਘੈਂਟ ਇਨਸਾਨ ਸੀ ਉਹ, ਆਪਣੇ ਵਿੱਚ ਨਹੀਂ ਰਿਹਾ। ਅਤੇ ਮੈਨੂੰ ਪਤਾ ਵੀ ਸਾਰਿਆਂ 'ਤੇ ਕੀ ਬੀਤਦੀ ਹੋਣੀ ਆ, ਕਿਉਂਕਿ ਮੇਰੇ ਨਾਲ ਉਹਦੇ ਜਜ਼ਬਾਤ ਬਹੁਤ ਸਾਂਝੇ ਸੀ। ਮੈਨੂੰ ਬਹੁਤ ਪਿਆਰ ਕਰਦਾ ਜੀ, ਮੈਨੂੰ ਵੱਡੇ ਭਰਾ ਦਾ ਦਰਜਾ ਦਿੱਤਾ ਉਹਨੇ ਹਮੇਸ਼ਾ ਹੀ। ਜਦੋਂ ਉਹਨੇ ਪਿੰਡੋਂ ਆ ਕੇ ਆਉਣਾ ਮੈਂ ਛੱਡ ਕੇ ਆਉਣਾ ਉਹਨੂੰ, ਅਤੇ ਉਹਨੇ ਮੈਨੂੰ ਆ ਕੇ ਨਾ ਮੇਰੇ ਪੈਰੀ ਹੱਥ ਲਾਉਣੇ ਉਹਨੇ ਆ ਕੇ, ਅਤੇ ਮੈਂ ਕਹਿਣਾ ਸੋਨੀ ਨਹੀਂ ਯਾਰ ਐਂ ਨਾ ਕਰਿਆ ਕਰ, ਵੀ ਚੱਲ ਆਪਾਂ ਭਾਈ ਹਾਂ। ਪਰ ਉਹ ਕਹਿੰਦਾ ਨਹੀਂ ਯਾਰ ਬਾਈ, ਤੂੰ ਮੇਰਾ ਭਾਈ ਆ। ਪਰ ਮੈਂ ਬੇਬੇ ਬਾਪੂ ਨਾਲ ਕੱਲ੍ਹ ਗੱਲ ਕੀਤੀ ਰਾਤ, ਉਹਦਾ ਯਾਰ ਹੌਸਲਾ ਟੁੱਟ ਗਿਆ ਵਿਚਾਰਿਆਂ ਦਾ। ਮੈਂ ਵਾਹਿਗੁਰੂ ਨੂੰ ਕਹਿੰਦਾ ਹੁੰਦਾ, ਪਰਮਾਤਮਾ ਚੱਲ ਠੀਕ ਆ, ਤੇਰਾ ਭਾਣਾ ਸਾਰਿਆਂ ਨੇ ਮੰਨਣਾ ਪੈਣਾ ਤੇਰਾ ਭਾਣਾ ਸਾਰਿਆਂ ਨੂੰ, ਪਰ ਯਾਰ ਦਇਆ ਨਾ ਕਰ, ਕਿਉਂਕਿ ਐਡੇ ਐਡੇ ਪੁੱਤ ਪਾਲ ਕੇ ਦਿਲਾਂ ਚੋਂ ਕੱਢਣੇ ਬਹੁਤ ਔਖੇ ਨੇ ਮਾਂ ਪਿਓ ਨੂੰ। ਉਹ ਮਾਂ ਪਿਓ ਨਾਲ ਕੀ ਬੀਤਦੀ, ਉਹ ਰਾਤ ਮੈਂ ਗੱਲ ਕੀਤੀ ਸੀ, ਅੱਧਾ ਘੰਟਾ ਗੱਲ ਕਰੀਏ, ਪਰ ਉਹ ਜਿਹੜੀਆਂ ਸਾਡੀਆਂ ਗੱਲਾਂ ਹੋਈਆਂ, ਪਰ ਉਹ ਮਾਂ ਬਾਪ ਦੇ ਜਿਹੜੀ ਬੀਤ ਰਹੀ ਸੀ ਨਾ, ਬਹੁਤ ਬਈ ਔਖਾ। ਕਿਸੇ ਦਾ ਐਡਾ ਪੁੱਤ ਦੁਨੀਆਂ ਤੋਂ ਤੁਰ ਜਾਣਾ ਬਹੁਤ ਔਖਾ, ਇੱਕ ਇਕੱਲਾ ਇਕੱਲਾ ਪੁੱਤ, ਕਿਉਂਕਿ ਪਰਿਵਾਰ ਦਾ ਸਹਾਰਾ ਹੁੰਦਾ, ਕਿਉਂਕਿ ਬਹੁਤ ਔਖਾ ਯਾਰ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ, ਵਾਹਿਗੁਰੂ ਦੇਈ ਨਾ ਕਰ, ਕਿਸੇ ਨੂੰ ਨਾ ਦਿਆ ਕਰ। ਜੇ ਤੇਰਾ ਲੱਗਦਾ ਵੀ ਤੈਨੂੰ ਇਹ ਦੁਨੀਆਂ 'ਤੇ ਮੈਂ ਭੇਜਣਾ ਅਤੇ ਇਹਨੇ ਵਾਪਸ ਆਉਣਾ ਮੇਰੇ ਕੋਲ ਇੰਨਾ ਕੁ ਟਾਈਮ ਹੰਢਾ ਕੇ, ਤਾਂ ਉਹਨੂੰ ਨਾ ਭੇਜਿਆ ਕਰ। ਤੇਰਾ ਭਾਣਾ ਸਾਰੇ ਮੰਨਦਿਆ ਸੀ ਵੀ ਸਾਨੂੰ ਵੀ ਮੰਨਣਾ ਪੈਣਾ, ਪਰਿਵਾਰ ਨੂੰ ਵੀ ਮੰਨਣਾ ਪੈਣਾ, ਪਰ ਬਸ ਮੇਰਾ ਦੱਸਣ ਦਾ ਵੀਡੀਓ ਦੇ ਵਿੱਚ ਇੱਕ ਇੰਨਾ ਕੁ ਮਕਸਦ ਸੀਗਾ ਵੀ ਜਿਹੜੀ ਉਹਦੀ ਅੰਤਿਮ ਅਰਦਾਸ ਆ ਬਾਈ ਜੀ, ਉਹ ਸੋਮਵਾਰ ਨੂੰ ਪੌਂਟਾ ਸਾਹਿਬ ਦੇ ਵਿੱਚ ਹੋਣੀ ਆ, ਉਹਦਾ ਭੋਗ ਆ ਸੋਮਵਾਰ ਨੂੰ, ਜਿਹੜਾ ਕੋਈ ਭਰਾ ਪਹੁੰਚਣਾ ਚਾਹੁੰਦਾ, ਕਿਉਂਕਿ ਕਈਆਂ ਨੂੰ ਪਤਾ ਨਹੀਂ ਵੀ 5 ਤਰੀਕ ਨੂੰ ਦੇਹਾਂਤ ਹੋਇਆ, ਉਹਨੂੰ ਬ੍ਰੇਨ ਹੈਮਰੇਜ ਹੋ ਗਈ ਸੀਗੀ ਅਤੇ ਉਹਦੇ ਕਰਕੇ ਉਹਦਾ ਦੇਹਾਂਤ ਹੋਇਆ। ਅਤੇ ਮੇਰਾ ਵੀਰ ਜੀ ਕਿਸੇ ਨੇ ਪਹੁੰਚਣਾ ਬਾਈ ਜੀ, ਤੁਸੀਂ ਸੋਮਵਾਰ ਨੂੰ ਪਹੁੰਚ ਸਕਦਾ ਮੇਰਾ ਵੀਰ, ਪੌਂਟਾ ਸਾਹਿਬ ਦੇ ਵਿੱਚ ਉਹਦਾ ਭੋਗ ਆ। ਮੈਂ ਨੰਬਰ ਵੀ ਸ਼ੇਅਰ ਕਰ ਦੂੰਗਾ ਅਤੇ ਤੁਸੀਂ ਉਸ ਨੰਬਰ 'ਤੇ ਸੰਪਰਕ ਕਰਕੇ ਪਹੁੰਚ ਲਿਓ। ਧੰਨਵਾਦ ਜੀ ਸਾਰਿਆਂ ਦਾ, ਧੰਨਵਾਦ।